ਤੁਹਾਡਾ ਦੈਨਿਕ ਸਵੇਰਾ ਟੀਵੀ ਤੇ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੇਣ ਜਾ ਰਹੇ ਹਾਂ। ਭਾਰਤ ਸਰਕਾਰ ਨੇ ਟਿਕਟੋਕ ਵਰਗੀਆਂ 59 ਐਪਸ ਨੂੰ ਬੈਨ ਕਰ ਦਿੱਤਾ ਹੈ। ਇਹ ਚਾਈਨੀਜ਼ ਐਪਸ ਨੇ ਸਾਰੀਆਂ ਜੋ ਚਾਈਨਾ ਤੋਂ ਰਨ ਹੁੰਦੀਆਂ ਨੇ। ਚਾਈਨੀਜ਼ ਐਪ ਤੇ ਆਰੋਪ ਲੱਗਿਆ ਕਿ ਇਹ ਸਾਡਾ ਇੰਡੀਆ ਦਾ ਡਾਟਾ ਚੋਰੀ ਕਰ ਰਹੇ ਨੇ, ਡਾਟਾ ਲੀਕ ਹੋ ਰਿਹਾ ਹੈ। ਇਸੇ ਕਰਕੇ ਡਿਫੈਂਸ ਸਿਕਿਉਰਿਟੀ ਨੂੰ ਦੇਖਦੇ ਹੋਇਆਂ ਭਾਰਤ ਸਰਕਾਰ ਨੇ ਵੱਡਾ ਫੈਸਲਾ ਲੈਂਦੇ ਹੋਏ ਕੁੱਲ ਜਿਹੜੀਆਂ 59 ਐਪਸ ਮੈਂ ਤੁਹਾਨੂੰ ਦੱਸਣ ਜਾ ਰਿਹਾ, ਜਿਹਦੇ 'ਚ ਟਿਕਟੋਕ, ਵੀਚੈਟ ਦੀਆਂ ਵੱਡੀਆਂ ਐਪਸ ਨੇ ਜੋ ਜਿਨ੍ਹਾਂ 'ਤੇ ਅੱਜ ਕੱਲ੍ਹ ਲੋਕ ਬਹੁਤ ਜ਼ਿਆਦਾ ਇਸਤੇਮਾਲ ਕਰ ਰਹੇ ਨੇ, ਬਹੁਤ ਜ਼ਿਆਦਾ ਯੂਜ਼ਰਸ ਨੇ, ਉਹਨਾਂ ਐਪਸ ਨੂੰ ਭਾਰਤ ਸਰਕਾਰ ਨੇ ਬੈਨ ਕਰ ਦਿੱਤਾ। ਭਾਰਤ ਸਰਕਾਰ ਦੇ ਸੈਕਸ਼ਨ 69A ਦੇ ਆਈਟੀ ਐਕਟ ਦੇ ਅਧੀਨ ਇਹ ਪਾਵਰਾਂ ਹੈਗੀਆਂ ਭਾਰਤ ਸਰਕਾਰ ਕੋਲ ਕੀ ਹੈ, ਜਿਹੜੀਆਂ ਐਪਸ ਨੇ ਇਹਨਾਂ ਨੂੰ ਬੈਨ ਕੀਤਾ ਜਾ ਸਕਦਾ। ਅਤੇ ਉਸੇ ਪਾਵਰ ਦੇ ਤਹਿਤ ਅੱਜ ਭਾਰਤ ਸਰਕਾਰ ਨੇ ਵੱਡਾ ਫੈਸਲਾ ਲੈਂਦੇ ਹੋਏ ਇਹਨਾਂ ਐਪਸ ਨੂੰ ਬੰਦ ਕਰ ਦਿੱਤਾ ਹੈ। ਮੈਂ ਸਾਰੀਆਂ ਐਪਸ ਵੀ ਤੁਹਾਨੂੰ ਦੱਸ ਦਾਂਗਾ ਕਿ ਕਿਹੜੀ ਕਿਹੜੀਆਂ ਐਪਸ ਨੂੰ ਬੰਦ ਕੀਤਾ ਗਿਆ, ਬੈਨ ਕੀਤਾ ਗਿਆ। ਪਰ ਜੋ ਭਾਰਤ ਸਰਕਾਰ ਨੇ ਆਰੋਪ ਲਗਾਇਆ ਇਹਨਾਂ ਐਪਸ 'ਤੇ, ਕਿ ਦੱਸਿਆ ਜਾ ਰਿਹਾ ਕਿ ਇਹ ਜਿਹੜੀ iOS ਔਰ ਐਂਡਰੋਇਡ ਪਲੇਟਫਾਰਮਸ 'ਤੇ ਐਪਲੀਕੇਸ਼ਨ ਚੱਲਦੀਆਂ ਸੀਗੀਆਂ, ਇਹਦੇ 'ਚ ਇਹ ਪਾਇਆ ਗਿਆ ਕਾਫੀ ਕੰਪਲੇਂਟਸ ਤੋਂ ਬਾਅਦ ਕਿ ਇਹ ਜਿਹੜਾ ਡਾਟਾ ਨੇ ਇਹ ਡਾਟਾ ਲੀਕ ਹੋ ਰਿਹਾ ਇਹਨਾਂ ਐਪਸ ਤੋਂ। ਜਿਹੜੇ ਵੀ ਯੂਜ਼ਰ ਜਿੱਦਾਂ ਤੁਸੀਂ ਕੋਈ ਇਸ ਐਪ ਨੂੰ ਯੂਜ਼ ਕਰ ਰਹੇ ਹੋ, ਤੁਹਾਡੇ ਤੋਂ ਐਪ ਲੈ ਕੇ ਇਹ ਡਾਟਾ ਜਿਹੜਾ ਹੈ ਇਹ ਨੈਸ਼ਨਲ ਡਿਫੈਂਸ ਸਿਕਿਉਰਿਟੀ ਲਈ ਖਤਰਾ ਬਣਦਾ ਜਾ ਰਿਹਾ ਸੀਗਾ ਇਹਨਾਂ ਐਪਸ ਤੋਂ। ਤੁਹਾਡਾ ਜਿਹੜਾ ਪਰਸਨਲ ਡਾਟਾ ਹੈ, ਤੁਹਾਡੀ ਇਨਫੋਰਮੇਸ਼ਨ ਜਿਹੜੀ ਹੈ, ਚਾਈਨੀਜ਼ ਐਪਸ ਜਿਹੜੀਆਂ ਨੇ, ਚਾਈਨਾ ਇਹਦਾ ਗਲਤ ਇਸਤੇਮਾਲ ਕਰ ਰਿਹਾ। ਇਸ ਤਰ੍ਹਾਂ ਦਾ ਆਰੋਪ ਜਿਹੜਾ ਹੈ ਭਾਰਤ ਸਰਕਾਰ ਵੱਲੋਂ ਇਹਨਾਂ ਐਪਸ ਨੂੰ ਲੈ ਕੇ ਲਗਾਇਆ ਗਿਆ, ਜਿਸ ਤੋਂ ਬਾਅਦ ਹੁਣ ਭਾਰਤ ਸਰਕਾਰ ਨੇ ਇਹ ਫੈਸਲਾ ਲਿਆ ਕਿ ਇਹਨੂੰ ਬੈਨ ਕਰ ਦਿੱਤਾ ਜਾਵੇ। ਐਟ ਦ ਸੇਮ ਟਾਈਮ ਦੇਰ ਹੈਵ ਬਿਨ ਰੇਜਿੰਗ ਕੰਸਰਨਸ ਔਨ ਐਸਪੈਕਟਸ ਰਿਲੇਟਿੰਗ ਟੂ ਡਾਟਾ ਸਿਕਿਉਰਿਟੀ ਐਂਡ ਸੇਫ ਗਾਰਡਿੰਗ ਦਾ ਪ੍ਰਾਈਵੇਸੀ ਆਫ 130 crore Indians. It has been noted recently that such concerns also pose a threat to security of our country. The Ministry of Information and Technology has received many complaints from various sources, including several reports about misuse of some mobile apps available on Android and iOS platforms for stealing and transmitting users. Data is an unauthorized manner to serve which have locations outside India. The compilation of these data, its mining and profiling by elements hostile to national security and defense of India, which ultimately impinges upon the sovereignty or and integrity of India, is a matter of very deep and immediate concern which requires emergency measures. ਤੁਹਾਨੂੰ ਮੈਂ ਜਿਵੇਂ ਦੱਸ ਰਿਹਾ ਸੀਗਾ ਕਿ ਭਾਰਤ ਸਰਕਾਰ ਕੋਲ ਭਾਰਤ ਸਰਕਾਰ ਦਾ ਇਹ ਤਰਕ ਹੈ ਕਿ ਬਹੁਤ ਸਾਰੀ ਕੰਪਲੇਂਟਸ ਆ ਰਹੀਆਂ ਸੀਗੀਆਂ ਕਿ ਇਹ ਜਿਹੜੀਆਂ ਐਪਸ ਨੇ ਡਾਟਾ ਦਾ ਗਲਤ ਇਸਤੇਮਾਲ ਕਰ ਰਹੀਆਂ ਔਰ ਜਿਹੜੀ ਨੈਸ਼ਨਲ ਸਿਕਿਉਰਿਟੀ ਨੂੰ ਲੈ ਕੇ ਖਤਰਾ ਪੈਦਾ ਕਰ ਸਕਦੀਆਂ ਨੇ। ਇਸੇ ਦੇ ਤਹਿਤ ਅੱਜ ਭਾਰਤ ਸਰਕਾਰ ਨੇ ਇਹ ਵੱਡਾ ਫੈਸਲਾ ਲਿਆ। ਮੈਂ ਤੁਹਾਨੂੰ ਹੁਣ ਐਪਸ ਦੱਸ ਦਿੰਦਾ ਕਿਹੜੀ ਕਿਹੜੀ ਐਪਸ ਨੂੰ ਭਾਰਤ ਸਰਕਾਰ ਨੇ ਬੈਨ ਕਰ ਦਿੱਤਾ ਹੈ। ਸਭ ਤੋਂ ਪਹਿਲਾਂ ਟਿਕਟੋਕ। ਅੱਜ ਦੇ ਟਾਈਮ 'ਚ ਟਿਕਟੋਕ ਬਹੁਤ ਵੱਡਾ ਪਲੇਟਫਾਰਮ ਬਣ ਗਿਆ ਸੀਗਾ, ਬਹੁਤ ਲੋਕ ਭਾਰਤ ਦੇ ਵਿੱਚ ਇਹਨੂੰ ਯੂਜ਼ ਕਰ ਰਹੇ ਨੇ, ਵੱਡੀ ਤਾਦਾਦ 'ਚ ਆਪਣਾ ਟੈਲੈਂਟ ਦਿਖਾ ਰਹੇ ਸੀਗੇ। ਪਰ ਅੱਜ ਭਾਰਤ ਸਰਕਾਰ ਨੇ ਉਹਨਾਂ ਯੂਜ਼ਰਸ ਨੂੰ ਜੋ ਟਿਕਟੋਕ 'ਤੇ ਪੂਰਾ ਦਿਨ ਦੇਖਦੇ ਵੀ ਨੇ, ਉਹ ਟਿਕਟੋਕ ਵੀਡੀਓਜ਼ ਬਣਾਉਂਦੇ ਵੀ ਨੇ, ਉਹਨਾਂ ਲਈ ਜ਼ਰੂਰ ਬੁਰੀ ਖਬਰ ਹੈ ਕਿ ਟਿਕਟੋਕ ਨੂੰ ਬੈਨ ਕਰ ਦਿੱਤਾ ਗਿਆ। ਉਸ ਤੋਂ ਬਾਅਦ ਸ਼ੇਅਰ ਇਟ ਐਪ, ਇਹ ਵੀ ਬਹੁਤ ਫੇਮਸ ਐਪ ਹੈ ਡਾਟਾ ਟ੍ਰਾਂਸਫਰ ਕਰਨ ਲਈ ਇੱਕ ਦੂਜੇ ਮੋਬਾਈਲ ਤੋਂ। ਕਵਾਈ ਐਪ, ਯੂਸੀ ਬਰੋਜ਼ਰ, ਬੈਡੂਨ ਐਪ, ਮੈਪ, ਸ਼ੇਨ, ਕਲੈਸ਼ ਆਫ ਕਿੰਗਸ, DU, ਬੈਟਰੀ ਸੇਵਰ, ਹੈਲੋ ਲਾਈਕ, ਯੂ ਕੈਮ ਮੇਕਅਪ, MI ਕਮਿਊਨਿਟੀ, CM ਬਰੋਜ਼ਰਸ, ਵਾਇਰਸ ਕਲੀਨਰ, ਏਪੋਸ ਬਰੋਜ਼ਰ, ਰੋਮਬੀ, ਕਲੱਬ ਫੈਕਟਰੀ, ਨਿਊਜ਼ ਡੌਗ, ਬਿਊਟੀ ਪਲੱਸ, ਵੀਚੈਟ, UC ਨਿਊਜ਼, QQ ਮੇਲ, ਵੇਬੂ, ਐਗਜੈਂਡਰ, QQ ਮਿਊਜ਼ਿਕ, QQ ਨਿਊਜ਼ ਫੀਡ, ਬਿਗੋ ਲਾਈਵ, ਸੈਲਫੀ ਸਿਟੀ, ਮੇਲ ਮਾਸਟਰ, ਪੈਰਲਲ ਸਪੇਸ, MI ਵੀਡੀਓ ਕਾਲ, ਸ਼ਿਓਮੀ, ਵੀਸਿੰਕ, ES ਫਾਈਲ ਐਕਸਪਲੋਰਰ, ਵੀਵਾ ਵੀਡੀਓ, ਮੈਟਿਊ, ਵੀਗੋ ਵੀਡੀਓ, ਨਿਊ ਵੀਡੀਓ ਸਟੇਟਸ, DU ਰਿਕਾਰਡਰ, ਵਾਲਟ, ਹਾਈਡ, ਕੈਸ਼ ਕਲੀਨਰ, DU ਐਪ ਸਟੂਡੀਓ, DU ਕਲੀਨਰ, DU ਬਰੋਜ਼ਰ, ਹੈਂਗੋ ਪਲੇ ਵਿਦ ਨਿਊ ਫਰੈਂਡਸ, ਕੈਮ ਸਕੈਨਰ, ਕਲੀਨ ਮਾਸਟਰ, ਚੀਤਾ ਮੋਬਾਈਲ, ਵੰਡਰ ਕੈਮਰਾ, ਫੋਟੋ ਵੰਡਰ, QQ ਪਲੇਅਰ, ਵੀ ਮੀਟ, ਸਵੀਟ ਸੈਲਫੀ, ਬੈਡੂ ਟ੍ਰਾਂਸਲੇਟ, ਵੀ ਮੀਟ, QQ ਇੰਟਰਨੈਸ਼ਨਲ, QQ ਸਿਕਿਉਰਿਟੀ ਸੈਂਟਰ, QQ ਲਾਂਚਰ, ਯੂ ਵੀਡੀਓ, ਯੂ ਫਲਾਈ ਸਟੇਟਸ ਵੀਡੀਓ, ਮੋਬਾਈਲ ਏਜੰਟਸ, DU ਪ੍ਰਾਈਵੇਸੀ। ਇਹਦੇ 'ਚ ਮੈਂ ਤੁਹਾਨੂੰ ਦੱਸ ਦੇਣਾ ਚਾਹਾਂਗਾ ਕਿ ਇਹ ਜਿਹੜੀਆਂ ਐਪਸ ਨੇ ਇਹਨਾਂ ਨੂੰ ਬੈਨ ਕਰ ਦਿੱਤਾ ਗਿਆ। ਇਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਜਿਹੜੀਆਂ ਵੱਡੀਆਂ ਐਪ, ਬਹੁਤ ਮਸ਼ਹੂਰ ਐਪਸ ਨੇ, ਇਹਨਾਂ ਨੂੰ ਭਾਰਤ ਸਰਕਾਰ ਵੱਲੋਂ ਅੱਜ ਬੈਨ ਕਰ ਦਿੱਤਾ ਗਿਆ ਨੈਸ਼ਨਲ ਸਿਕਿਉਰਿਟੀ ਦੇ ਖਤਰਾ ਸਮਝਦੇ ਹੋਇਆਂ, ਭਾਰਤ ਸਰਕਾਰ ਦਾ ਵੱਡਾ ਫੈਸਲਾ। ਇਸੇ ਤਰ੍ਹਾਂ ਤੁਹਾਡੇ ਤੱਕ ਹਰ ਜਾਣਕਾਰੀ ਅਸੀਂ ਪਹੁੰਚਾਉਂਦੇ ਰਹਾਂਗੇ। ਦੇਖਦੇ ਰਹੋ ਦੈਨਿਕ ਸਵੇਰਾ TV। ਦੁੱਖ ਇਸ ਗੱਲ ਦਾ ਨਹੀਂ ਸੀ ਕਿ ਉਹ ਮੈਨੂੰ ਛੱਡ ਕੇ ਜਾ ਰਹੀ ਸੀ, ਦੁੱਖ ਤਾਂ ਬਸ ਇਸ ਗੱਲ ਦਾ ਸੀ ਕਿ ਇੰਨੇ ਸਾਲਾਂ ਤੋਂ ਆਪਾਂ ਨਾਲ ਸੀ ਪਰ ਮੈਂ ਕਦੇ ਆਪਣੇ ਦਿਲ ਦੀਆਂ ਗੱਲਾਂ ਨਹੀਂ ਉਹਦੇ ਨਾਲ ਸਾਂਝੀਆਂ ਕਰ ਸਕਿਆ। ਆਲ ਵਰਲਡ ਓਪਨ
चैलेंज 17 टाइम गोल्ड मेडलिस्ट मियां रफीक मोहम्मद पंडित मौलवी बेगम तांत्रिक इन्हां चोरा ठगां तो सावधान स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार दा ना चलना सिर्फ 31 घंटिया विच समाधान फ्री 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 मियां रफीक मोहम्मद मोबाइल 84374 94647 84374 94648।